ਹਾਂਜੀ ਬਾਈ ਜੀ, ਆਹ ਆਪਣੀ ਆ ਗਈ ਮੂੰਗੀ। ਇਹ ਆਪਣੇ ਮੂੰਗੀ ਬੀਜੀ ਹੋਈ ਆ ਉਰੇ, ਅਤੇ ਉੱਧਰਲੇ ਖੇਤ ਸੀ ਮੱਕੀ ਬੀਜੀ ਹੋਈ। ਅਤੇ ਦੇਖੋ ਕਰੋ ਚੈੱਕ ਕਿਵੇਂ ਆ ਮੂੰਗੀ, ਫਲ ਚੱਕ ਲਿਆ ਨੇ ਦੇਖੋ। ਹੁਣ ਐਤਕੀ ਰਹਿ ਤਾਂ ਥੋੜ੍ਹੀ ਜਿਹੀ ਸਿੱਧੀ ਗਈ ਇਹ, ਅਤੇ ਪਹਿਲੀ ਵਾਰ ਲਾਈ ਕਰਕੇ ਸਾਨੂੰ ਘੱਟ ਪਤਾ ਨਹੀਂ ਹਰੀ ਹੋਈ ਆ। ਉਦੋਂ ਹਨੇਰੀ ਵਾਲੀ ਆ ਗਈ ਅਤੇ ਸਵਾਹ ਸਬੂਹ ਜੀ ਪੈ ਗਈ ਅਤੇ ਖੁੱਡਾਂ 'ਚ ਜਿੱਥੇ ਸਵਾਹ ਪੈ ਗਈ ਉੱਥੇ ਹਰੀ ਘੱਟ ਹੋਈ ਆ, ਪਰ ਕਿਤੇ ਕਿਤੇ ਤਾਂ ਵਧੀਆ ਹਰੀ ਹੋਈ ਹੈ ਨਾ। ਅਤੇ ਹੁਣ ਫਲ ਪੂਰਾ ਚੱਕ ਰੱਖਿਆ ਨੇ, ਪੂਰਾ ਵਧੀਆ ਹੈ ਨਾ। ਆਹ ਸਾਰੀ ਆਪਣੀ ਮੂੰਗੀ ਆ, ਇੱਧਰਲੇ ਪਾਸੇ ਆਪਾਂ ਜੀਰੀ ਲਾਤੀ, ਉੱਧਰ ਜੀਰੀ ਲਾਤੀ, ਉਹ ਗਾਹਾਂ ਜੀਰੀ ਲਾਤੀ, ਆਹ ਆਪਣੀ ਮੂੰਗੀ ਆ ਗਈ। ਅਤੇ ਫਲ ਤਾਂ ਵਧੀਆ ਚੱਕ ਰੱਖਿਆ ਨੇ ਪੂਰਾ। ਅਤੇ ਦੱਸਿਓ ਕਿਵੇਂ ਲੱਗੀ ਸਾਨੂੰ। ਇਹ ਜੋ ਮੂੰਗੀ ਦਾ ਵੀ ਇਹ ਬੰਸੀ ਗੋਲਡ ਆ, ਆਪਣੀ ਬੰਸੀ ਗੋਲਡ ਹੁੰਦੀ ਆ, ਇੱਕ 668 ਹੁੰਦੀ ਆ, ਅਤੇ ਇੱਕ ਸਟਾਰ ਵਾਲੇ ਦੀ 444। ਇਹ ਆ ਬੰਸੀ ਗੋਲਡ ਜਿਹੜੀ ਇਹ ਆਪਾਂ ਨੇ ਬੀਜੀ ਮੂੰਗੀ ਹੈਗੀ, ਤਾਂ ਠੀਕ ਜੀ ਆ, ਨਾ ਹੀ ਵਾਲੀ ਮਾੜੀ ਆ ਨਾ ਹੀ ਵਾਲੀ ਤਕੜੀ ਆ, ਠੀਕ ਆਊਂ ਲਗਭਗ ਮਿਲਾ ਕੇ, ਕੁਝ ਮਿਲਾ ਕੇ ਸਾਰੀ ਠੀਕ ਆ ਇਹ। ਦੇਖੋ ਕਿੰਨੀ ਕੁ ਨਿਕਲੀ ਆ, ਫਿਰ ਤੁਹਾਨੂੰ ਦੱਸਾਂਗੇ ਕਿੰਨੀ ਕੁ ਨਿਕਲੀ, ਕਿਵੇਂ ਗੱਲਬਾਤ ਚਲੋ ਵੱਡੀ। ਇੱਕ ਜਦੋਂ ਵੀ ਆਪਾਂ ਮੂੰਗੀ 'ਤੇ ਸਪਰੇ ਉਹ ਆਪਣੀ ਜਿਹੜੀ ਤੁਰਤ ਵਾਲੀ ਹੁੰਦੀ ਆ ਪੈਰਾਕੁਆਇਟ, ਉਹ ਨਾ ਕਰਿਓ, ਕਿਤੇ ਯੂਰੀਆ ਜਾਂ ਤਾਂ ਘੋਲ ਕੇ ਕਰਦਾ ਕਰੋ, ਜਾਂ ਫਿਰ ਨੈਣੋ ਯੂਰੀਆ ਆਉਂਦਾ ਉਹ ਕਰ ਦਿਓ, ਉਹਦੇ ਨਾਲ ਸੁੱਕ ਜਾਂਦੀ ਹੈ, ਜਦੋਂ ਵੱਧ ਪਾ ਕੇ ਕਰ ਦੋਗੇ ਨਾ ਪੱਤੇ ਸੁਕਾ ਜੂ, ਫਿਰ ਜਿਹੜਾ ਆਪਾਂ ਪੈਰਾਕੋਟ ਕਰਦਾ ਉਹਦੇ ਨਾਲ ਨੁਕਸਾਨ ਹੀ ਨੁਕਸਾਨ ਨੇ, ਉਹ ਨਾ ਕਰੋ ਆਪਾਂ ਇੱਥੇ, ਉਹ ਨੁਕਸਾਨ ਕਰਦੇ ਨੇ ਤਾਂ ਜਿਹੜੇ ਉਹ ਕੋਕਰੂ ਜੇ ਕਹਿੰਦੇ ਨੇ ਉਹ ਬਣ ਜਾਂਦੇ ਨੇ ਇਹਦੇ ਨਾਲ, ਜਾਂ ਪੈਰਾਕੋਟ ਕਰਦਾ ਅਤੇ ਰੇਟ ਘੱਟ ਲੱਗਦਾ ਫਿਰ। ਇਸ ਕਰਕੇ ਇਹਦੇ ਉੱਤੇ ਮੂੰਗੀ 'ਤੇ ਪੈਰਾਕੋਟ ਨਾ ਕਰੋ ਕਦੇ ਵੀ, ਜੇ ਆਪਾਂ ਤੁਰਤ ਵਾਲੀ ਹੁੰਦੀ ਆ। ਆਪਾਂ ਸਬਜ਼ੀ ਬਹੁਤ ਬੀਜਤੀ ਵਿੱਚ ਵਿੱਚ, ਇਹ ਮੀਂਹ ਵਾਲੇ ਦਿਨ ਬੀਜੀ ਹੈ, ਇਕੱਠੀ ਕਰਤੀ। ਇੱਧਰ ਆ ਗਈ 1509। ਉਹ ਬਾਈ ਸੋਨੂ ਦਾ ਮੈਂ ਪੌਦਿਆਂ ਗੁੱਸਿਆ ਯਾਰ, ਸਾਰੀਆਂ 10 ਕਿਹਾ ਸੀਗਾ, ਯਾਰ 10 ਗੁੱਸਿਆਂ ਤੋਂ ਵੱਧ ਨਾ ਪੱਟਿਓ। ਆਹਣਾ ਜਿਹੜੀਆਂ ਗੁੱਸੀਆਂ ਨੇ ਬਾਈ, ਯਾਰ ਜੇ ਤੁਹਾਨੂੰ ਪੌਦ ਪੱਟਣ ਨੂੰ ਕਹਿਤਾ ਫਿਰ ਤੁਸੀਂ ਜਮਾਂ ਸ਼ਰਮ ਤਾਂ ਨਾ ਲਾਹੋ। ਜਵਾਬ ਵਾਲੀ ਤਾਂ ਗੱਲ ਨੀ ਯਾਰ, ਤੁਹਾਨੂੰ ਤਾਂ ਲਿਹਾਜ਼ ਚ ਕਿਹਾ ਸੀ ਮੈਂ ਵੀ ਚੱਲ ਪੱਟ ਲਿਓ 5-7 ਗੁੱਸੀਆਂ, ਤੁਸੀਂ ਤਾਂ ਜਮਾਂ ਸੰਗੀ ਲਾ ਲਈ ਪਤੰਦਰ ਵਾ ਕੇ। ਨਾ ਯਾਰ ਅਸੀਂ ਆਪ ਵੀ ਕੀ ਲਾਵਾਂਗੇ, ਆਹ ਦੇਖ ਲਓ ਆਹ ਕੈਰਾ ਸਾਰਾ ਲਾਉਣਾ ਅਸੀਂ, ਆਹ ਸਾਰਾ ਕਹਿਰਾ ਲਾਉਣਾ ਸੀ, ਅਸੀਂ ਕੀ ਲਾਵਾਂਗੇ ਫਿਰ ਬਾਈ। 10 ਤੋਂ ਕਹਿਰਾ ਦਾ ਮਤਲਬ ਤੁਸੀਂ ਸਾਰੀ ਯਾਰ ਪੱਟ ਕੇ ਲੈ ਜਾਓਗੇ ਯਾਰ, ਇੰਨਾ ਨਰਮਾਈ ਦਾ ਫਾਇਦਾ ਤਾਂ ਨਹੀਂ ਉਠਾਉਂਦੇ ਹੁੰਦੇ ਤੁਹਾਡੇ ਜਿੰਨਾ। ਤੜਕੇ ਮੈਨੂੰ ਤਾਂ ਐਂ ਸੀਗਾ ਮਹਾਂ ਚੱਲ ਤੁਸੀਂ ਲਿਹਾਜ਼ ਲਿਹਾਜ਼ 'ਚ ਚੱਲ 10 ਗੁੱਸੀਆਂ ਤੁਸੀਂ ਪੱਟ ਲਿਆਓਗੇ, ਬਾਕੀ ਅਸੀਂ ਲਾ ਦਾਂਗੇ ਪੱਟ ਕੇ ਇਹਦੇ ਵਿੱਚ, ਜ਼ਿਆਦਾ ਐਂ ਤਾਂ ਨਹੀਂ ਚੱਲਣਾ ਕੰਮ ਜਿਵੇਂ ਤੁਸੀਂ ਪੱਟੀ ਜਾਂਦੇ ਹੋ।
ਲੈ ਵੀ ਮਿੱਤਰੋ ਕਿਤੇ ਮੇਰੇ ਵਾਂਗੂ ਫਸ ਕੇ ਤੁਸੀਂ ਨਾ ਕਹਿ ਦਿਓ ਬਈ 10 ਗੁੱਸੀਆਂ ਲੈ ਕੇ ਆਉਣਾ ਨੇ, ਆਹ ਦੇਖੋ ਬਾਈਆਂ ਨੇ ਜਮਾਂ ਸੰਗ ਹੀ ਲਾ ਲਈ। ਮੈਨੂੰ ਕਹਿੰਦੇ 10 ਗੁੱਸੀਆਂ ਪੱਟਾਂਗੇ ਤਾਂ ਗੁੱਸੇ ਪੱਟੀ ਜਾਂਦੇ ਨੇ ਜਮਾਂ ਟੋਕਰਾ ਟੋਕਰਾ ਹੀ, ਇੱਕ ਬਹੁਤ ਦਾ ਰੱਖ ਰੱਖਿਆ ਇੱਕ ਗੁੱਸੀ 'ਚ। ਕਵਰਿਆ ਆਹ ਇਨਸਾਫ ਵਾਲੀ ਗੱਲ ਆ, ਮੈਨੂੰ ਕਹਿੰਦੇ 10 ਗੁੱਸੀਆਂ ਲਿਆਣੀਆਂ ਨੇ, ਆਹ ਗੁੱਸੀਆਂ ਨੇ ਜਿਹੜੀਆਂ ਪੱਟੀਆਂ ਪਈਆਂ ਨੇ ਦੱਸੀ ਮੈਨੂੰ ਹੈ। ਹਾਂ ਹੈਗੇ ਅਮਲੀ ਨੇ ਇਹ, ਮੈਨੂੰ ਕਹਿੰਦੇ 10 ਲਿਆਵਾਂਗੇ ਪੱਟ ਕੇ, ਜਮਾਂ ਹੀ ਦੇਖ ਲਾ ਜਮਾਂ ਮੰਡੇ ਪਏ ਨੇ, ਹੱਡੀ ਨੀ ਗਏ ਪੱਟਣੋ। ਹੁਣ ਤੂੰ ਦੱਸ ਹੋਰ, ਫਿਰ ਐਂ ਕਰਨਾ ਪਊਗਾ ਫਿਰ ਇਹਨਾਂ ਦਾ। ਇਹ ਮੀਂਹ ਉਦੋਂ ਮੀਂਹ ਵਾਲੇ ਦਿਨ ਸਿੱਟੀ ਦੀ ਇਕੱਠੀ ਜੀ ਕਰਤੀ ਮੀਂਹ ਨੇ। ਹੁਣ ਦੱਸ ਇਹਨਾਂ ਦਾ ਕੀ ਕਰੀਏ ਕੋਰੇ। ਹਾਂ ਮੈਂ ਘਰ ਦੇ ਬੰਦੇ ਕਰਕੇ ਮੈਂ ਕਿਹਾ ਇਹਨਾਂ ਨੂੰ ਵੀ ਪੱਟ ਲਓ, ਇਹਦਾ ਘਰ ਦੀ ਤਾਂ ਕੋਈ ਗੱਲਬਾਤ ਹੀ ਨੀ ਉਹ ਕਰਿਆ ਇਹਨਾਂ ਨੇ। ਕਹਿੰਦੇ ਕਹਿੰਦੇ ਅਸੀਂ 10 ਗੁੱਸੇ, ਮੈਂ ਚੱਲ 10 ਪੱਟ ਲੈਣਦੇ ਯਾਰ, ਅਸੀਂ ਵੀ ਆਹ ਕੈਰਾ ਲਾਉਣਾ ਸਾਰਾ ਯਾਰ, ਸਾਰਾ ਕੈਰਾ ਲਾਉਣਾ ਅਸੀਂ ਯਾਰ ਆਹ ਹੈਂ ਤੜਕੇ ਯਾਰ। ਮੈਂ ਤਾਂ ਇਹੀ ਕਿਹਾ ਜੀ ਉਹਨੂੰ ਵੀ 10 ਲੈ ਜਾਓ, ਚੱਲ ਕੋਈ ਗੱਲ ਨੀ ਆਹ ਬਾਕੀ ਅਸੀਂ ਲਾ ਲਾਂਗੇ ਯਾਰ। ਐਂ ਤਾਂ ਨੀ ਕੰਮ ਚੱਲਣਾ। ਹੁਣ ਤੂੰ ਦੱਸ ਕਹੋਰੇ ਕਿਵੇਂ ਕਰਾਂ, ਠਾਵਾਂ ਇਹਨਾਂ ਨੂੰ ਕਿਵੇਂ ਕਰਾਂ। ਫਿਰ ਹੁਣ ਇਹ ਤੋਂ ਬਾਅਦ ਤਾਂ ਵਿਸ਼ਵਾਸ ਤਾਂ ਉੱਠ ਗਿਆ ਵੀ ਆਪਾਂ ਕਹੀਏ ਨਾ ਕਿ ਗਾਹਾਂ ਨੂੰ ਕਿਸੇ ਨੂੰ ਵੀ 10 ਪੱਟ ਲਿਓ। ਹਾਂ ਇਹ ਗੱਲ ਤੇਰੀ ਸਹੀ ਆ, ਹੁਣ ਤਾਂ ਆਈ ਆ, ਹੁਣ ਤਾਂ ਕੋਈ ਰਿਹਾ ਨੀ ਇਹ ਕੰਮ, ਹੈਨਾ ਠੀਕ ਆ ਗੱਲ ਤੇਰੀ। ਹਾਂ ਯਾਰ ਬਾਹਣ ਤਾਂ ਬੀਲਾ ਕਰ ਦਿਓ, ਬਾਹਣ ਅਸੀਂ ਆਹ ਕੈਰਾ ਵੀ ਲਾਉਣਾ ਹੀ ਆ। ਅੱਛਾ ਅੱਛਾ ਤੁਹਾਨੂੰ ਭੋਲਾ ਕਹਿ ਗਿਆ, ਭੋਲਾ ਤਾਂ ਗੋਲੀਆਂ ਡੱਕਿਆ ਹੋਊਗਾ ਤਾਂ ਹੈਂ ਨਾ। ਮੈਨੂੰ ਨੀ ਲੱਗਦਾ ਭੋਲਾ ਵੀ ਸੋਫੀ ਹੋਊਗਾ। ਕਿਹੜੀ ਬਹੁਤ ਉਹ ਟੱਕਿਆ ਹੋਇਆ ਸੀਗਾ ਉਹ 1500 ਨੂੰ ਸੱਬੀ ਨੂੰ, ਅਸਲੂ ਬਸਲੂ ਹੀ ਕਹੀ ਜਾਂਦਾ ਉਹ 1500 ਓਏ ਊਸਾ ਨੂੰ ਹੀ ਅਸਲੂ ਬਸਲੂ ਕਹੀ ਜਾਂਦਾ ਉਹ ਬੜਾ ਯਾਰ। ਚੱਲ ਭਾਈ ਹੁਣ ਅਸੀਂ ਹਾਰ ਮੰਨ ਲੈਣੇ, ਤੁਸੀਂ ਨਹੀਂ ਹਟਦੇ।